जिला संगरूर के पिंड नागरा दे विच थाना पवाड़ीगढ़ की पुलिस नूं उदों वड्डी कामयाबी मिली जद दो घरां दी आपसी लड़ाई के दौरान पुलिस पिंड दे विच लड़ाई का असल कारण जाणन पहुंची। इनकुआरी के दौरान शिकायतकर्ता के घर जब पुलिस पहुंची तो अगों शिकायतकर्ता वाले व्यक्ति बलदेव सिंह अते उसके लड़के अपने घर के अंदर शरेआम हरियाणा मारकर शराब बेच रहे सन। तो ऐसे कुलदीप सिंह दे वल्लों दो साथियों की मदद के नाल बलदेव सिंह तो बोतल खोह की कोशिश की गई तो बलदेव सिंह ने वह बोतल खोल के डोल दिती और पुलिस के मुलाजम को बाहर कढ़ के अपना गेट बंद कर लिया। कुलदीप सिंह ऐसे ही ने सारा मामला सुखराज सिंह घुम्मन DSP भवानीगढ़ के ध्यान में लिया के पुलिस फोर्स होर मंगवा ली। उधर दूजे पासे बलदेव सिंह के लड़कियों के वलों घर के पई नजायज हरियाणा मारका दियां करीब 4 पेटियां कोठी उपर दी गुआंढियों ने घर संभाल दित्तियां। इस मौके पत्रकारों के नाल गलबात करते हैं इस पूरे मामले बारे पुलिस अधिकारी ने होर की जानकारी दिती, आओ सुनते हैं। ਬਲਦੇਵ ਦੀ ਜਿਹੜੀ ਨੂੰ ਹੈ ਇਹਨੇ ਰਾਤ ਫੋਨ ਕੀਤਾ ਸੀ 10:40 ਤੇ ਇਹ ਕਿਤੇ ਚੌਕੀ 'ਚ ਗਈ ਸੀ ਉੱਥੇ ਇਹਨੂੰ ਟਾਈਮ ਦਿੱਤਾ ਸੀ ਭਾਈ ਅਸੀਂ ਮੌਕੇ 'ਤੇ ਪੜਤਾਲ ਕਰਾਂਗੇ ਆ ਕੇ ਚੱਲ ਮੁਲਾਜ਼ਮ ਅਸੀਂ ਆ ਕੇ ਪੜਤਾਲ ਕਰਨ ਵਾਸਤੇ ਜਦੋਂ ਇੱਥੇ ਰੇਡ ਕੀਤਾ ਇਹ ਸ਼ਰੇਆਮ ਦਾਰੂ ਵੇਚ ਰਹੇ ਸੀਗੇ ਜਦੋਂ ਅਸੀਂ ਪੁੱਛਿਆ ਵੀ ਦਾਰੂ ਦੀ ਬੋਤਲ ਖਾ ਇਹ ਲੈ ਕੇ ਆਪਦੇ ਮੁੰਡਿਆਂ ਨੂੰ ਤਿੰਨੇ ਮੁੰਡੇ ਸੀ ਅਤੇ ਚੌਥੀ ਦੀ ਨੂੰ ਸੀਗੀ ਅਤੇ ਰੌਲਾ ਪਾ ਕੇ ਉਲਟਾ ਸਾਡੇ 'ਤੇ ਮਤਲਬ ਧੱਕਾ ਮੁੱਕੀ ਕਰਨ ਲੱਗ ਗਏ ਸਾਡੇ ਨਾਲ ਅਤੇ ਗੇਟ ਲਾਤਾ ਇਹਨਾਂ ਨੇ ਅੰਦਰੋਂ ਵੜ ਕੇ ਇਹ ਇਹਨਾਂ ਦਾ ਜਿਹੜਾ ਸਮਾਨ ਸੀ ਉਹ ਇੱਧਰ ਉੱਧਰ ਫੁਰਦ ਬੁਰਦ ਕਰਤਾ ਅਤੇ ਆਹ ਮਤਲਬ ਜਿਹੜੀ ਗੱਲ ਨੂੰ ਆਪਣੀ ਇਲੈਕਸ਼ਨ ਛਪਾਉਣ ਵਾਸਤੇ ਸਾਡੇ 'ਤੇ ਉਲਟਾ ਇਲਜ਼ਾਮ ਲਾਉਣ ਲੱਗ ਗਏ ਇਹਦੀ ਨੂੰਹ ਨੇ ਆਪਣੇ 'ਤੇ ਬਾਂਹ 'ਤੇ ਬਲੇਟ ਮਾਰ ਕੇ ਕਹਿੰਦੀ ਮੈਂ ਤੁਹਾਡੇ 'ਤੇ ਕਰੂੰਗੀ ਫਿਰ ਇਹ ਜਿਹੜਾ ਬਲਦੀਪ ਸਿੰਘ ਸਾਹਿਬ ਵੀ ਸਾਨੂੰ ਡਰਾਉਣ ਲੱਗ ਗਿਆ ਵੀ ਮੈਂ ਮਿੱਟੀ ਦਾ ਦਿਲ ਪਾ ਕੇ ਮੱਚਦਾ ਪੂਰੇ ਪਿੰਡ ਦੇ ਵਿੱਚ ਪਹਿਲਾਂ ਇਹੋ ਜਿਹੇ ਹਾਦਸੇ ਹੋਏ ਨੇ ਮੈਂ ਰੱਬ ਨੂੰ ਮੰਨ ਕੇ ਕਹਿੰਦਾ ਮੈਂ ਕਿਸੇ ਤੋਂ ਕੋਈ ਨਸ਼ੇ ਵਾਲੇ ਤੋਂ ਕੋਈ ਰਿਸ਼ਵਤ ਵਗੈਰਾ ਨਹੀਂ ਲੈਂਦਾ ਨਹੀਂ ਬਲਦੇਵ ਸਿੰਘ ਨੇ ਇਲਜ਼ਾਮ ਲਾਏ ਨੇ ਵੀ ਮੈਂ ਪੈਸੇ ਦਿੰਦਾ ਸੀ ਹੁਣ ਦਿੱਤੇ ਨਹੀਂ ਹਾਂਜੀ ਇਹ ਝੂਠੇ ਇਲਜ਼ਾਮ ਲਾਉਂਦਾ ਜੀ ਪਿੰਡ ਇਹਨੂੰ ਹੁਣ ਤੱਕ ਚੰਗੀ ਤਰ੍ਹਾਂ ਜਾਣਨ ਲੱਗ ਗਿਆ ਜੀ ਇਹਦੇ 'ਤੇ ਪਹਿਲਾਂ ਹੀ ਪਰਚੇ ਦਰਜ ਹੋਏ ਨੇ ਠੀਕ ਹੈ ਜਦੋਂ ਵੀ ਮੇਰੇ ਕੋਲ ਹੁਣ ਮੈਂ ਪਿੰਡ ਦੇ ਨਾਲ ਹਾਂ ਪਿੰਡ ਜੇਕਰ ਸਾਨੂੰ ਕੋਈ ਅੱਜ ਇਹਦੀ ਸ਼ਿਕਾਇਤ ਦਿੰਦਾ ਤੁਰੰਤ ਕਾਰਵਾਈ ਕਰਾਂਗੇ ਅੱਜ ਇਹਦੀ ਬਰਾਮਦਗੀ ਨਹੀਂ ਹੋਈ ਠੀਕ ਹੈ ਨਾ ਅਸੀਂ ਵਾਰਨਿੰਗ ਦੇ ਕੇ ਚੱਲੇ ਇਹਨੂੰ ਪੂਰੀ ਪੰਚਾਇਤ ਦੇ ਵਿੱਚ ਪੂਰਾ ਪਿੰਡ ਪੂਰੀ ਪੰਚਾਇਤ ਖੜੀ ਹੈ ਅਸੀਂ ਕਦੇ ਵੀ ਕਿਸੇ ਤੋਂ ਰਿਸ਼ਵਤ ਨਾ ਖਾਧੀ ਹੈ ਇਹ ਝੂਠੇ ਇਲਜ਼ਾਮ ਲਾਉਂਦਾ ਸਿਰਫ ਆਪਦੇ ਦੋਸ਼ ਛੁਪਾਉਣ ਵਾਸਤੇ ਸਾਡੇ 'ਤੇ ਇਲਜ਼ਾਮ ਲਾਉਂਦਾ ਥੈਂਕ ਯੂ ਮੈਂ ਕੀ ਮਾਮਲਾ ਜਿਹੜਾ ਇੰਨਾ ਕੱਟ ਹੋ ਰਿਹਾ ਇਹ ਜੀ ਮੈਨੂੰ ਚੌਂਕੀ ਇੰਚਾਰਜ ਸਾਹਿਬ ਦਾ ਫੋਨ ਗਿਆ ਸੀ ਮੈਂ ਘਰ ਸੀਗੀ ਅਤੇ ਮੈਨੂੰ ਕਹਿੰਦਾ ਜੀ ਵੀ ਬਲਦੇਵ ਸਿੰਘ ਦੇ ਘਰ ਆਓ ਜੀ ਮੈਂ ਕਿਹਾ ਜਦੋਂ ਮੈਂ ਜੀ ਆ ਕੇ ਇੱਥੇ ਦੇਖਿਆ ਅਤੇ ਇਹਨਾਂ ਦੀ ਨੂੰ ਕੰਪਲੇਂਟ ਦੇ ਕੇ ਆਈ ਸੀ ਕੋਈ ਆਪਸ ਵਿੱਚ ਕੋਈ ਇਹਨਾਂ ਦਾ ਝਗੜਾ ਹੋਊਗਾ ਅਤੇ ਉਸ ਤੋਂ ਬਾਅਦ ਪੁਲਿਸ ਮੈਨੂੰ ਚੌਂਕੀ ਇੰਚਾਰਜ ਸਾਹਿਬ ਨੇ ਦੱਸਿਆ ਕਿ ਇਹਨਾਂ ਦੇ ਜੀ ਇਹ ਜਦੋਂ ਅਸੀਂ ਆਏ ਰੇਡ ਕੀਤੀ ਤਾਂ ਇਹ ਸ਼ਰਾਬ ਵੇਚ ਰਹੇ ਸੀਗੇ ਹਰਿਆਣੇ ਦੀ ਅਤੇ ਇਹਨਾਂ ਨੇ ਇਹਨਾਂ ਨਾਲ ਹੱਥੋਂ ਪਾਈ ਵੀ ਕੀਤੀ ਮੁੱਕਾ ਸਭ ਕੁਛ ਕੀਤਾ ਖਿੱਚ ਖਿਚਾਈ ਕਰੀ ਅਤੇ ਜਿਹੜੀ ਕੋਈ ਚੀਜ਼ ਸੀ ਵੀ ਉਹ ਮੇਰੇ ਆਉਣ ਤੋਂ ਪਹਿਲਾਂ ਇਹ ਕਹਿੰਦੇ ਵੀ ਪਰਾ ਉਹਦਾ ਕਰਤੀ ਇਹਨਾਂ ਨੇ ਅਤੇ ਮੁੰਡੇ ਭੱਜ ਗਏ ਵੀ ਤਿੰਨੇ ਅਤੇ ਇਹ ਕੰਪਲੇਂਟ ਸੀਗੀ ਅਤੇ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਹਾਂ दो तीन घर काफी पर इन्हां दा ज्यादा मतलब पुलिस का तो बहुत वधिया रोल है पुलिस मैं भी कंप्लेट DSP साहब को भी गई सी मैं कहा कई बार है ना ये कहते एक दिन पहला भी गई सी भी तुसी जी रेड करो भी इतने गोलियां विकदियां ने चिट्टा विकदा चोरियां बहुत हो रही ने जिहड़े मुंडे मतलब अपनी डिस्पेंसरी है वो फ्रिज AC पखे कूलर सारा कुछ चोरी हो के मतलब कई घर के होर सिलेंडर चके जा रहे हैं जिहड़े नशेड़ी मुंडे ने मतलब आपका नशा करन दे लई ਤੇ ਇਹ ਸਮਾਨ ਇੱਥੋਂ ਪਿੰਡ ਚੋਂ ਬਹੁਤ ਚੋਰੀ ਹੋ ਰਿਹਾ ਹੈ ਕੀ ਮੰਗ ਕਰਦੇ ਹੋ ਸਰਕਾਰ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਹਾਂ ਮੇਰਾ ਪਿੰਡ ਦੇ ਵਿੱਚ ਕੋਈ ਨਸ਼ਾ ਨਹੀਂ ਵਿਕਣਾ ਚਾਹੀਦਾ ਜਿਹੜੇ ਨਸ਼ਾ ਵੇਚਦੇ ਨੇ ਅਸੀਂ ਸਾਰਾ ਪਿੰਡ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਸਾਰਾ ਪਿੰਡ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਅਸੀਂ ਸਾਰਾ ਪਿੰਡ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਤੁਸੀਂ ਸਾਡੇ ਨਾਗਰੇ ਦੇ ਵਿੱਚੋਂ ਨਸ਼ਾ ਖਤਮ ਕਰੋ ਇੱਥੇ ਜਿੰਨੇ ਲੋਕ ਖੜੇ ਨੇ ਇਹ ਸਾਰੇ ਨਸ਼ੇ ਦੇ ਖਿਲਾਫ ਖੜੇ ਨੇ ਇਹ ਸਾਰੇ ਨਸ਼ੇ ਦੇ ਖਿਲਾਫ ਖੜੇ ਨੇ ਜਿਹੜੇ ਇਹ ਵੀ ਚਾਹੁੰਦੇ ਨੇ ਕਿ ਸਾਡਾ ਵੀ ਕੋਈ ਪੀੜੀ ਨਸ਼ਾ ਖਤਮ ਹੋਵੇ ਇਹਨਾਂ ਦਾ ਹੱਥ ਖੜੇ ਕਰਾ ਸਕਦੇ ਸਾਰਿਆਂ ਤੋਂ ਵੀ ਜਿਹੜੇ ਕਰਨਗੇ ਹਾਂਜੀ ਸਾਰੇ ਨਸ਼ਾ ਭਈ ਹੱਥ ਖੜੇ ਕਰੋ ਜਿਹੜੇ ਨਸ਼ਾ ਲੱਤਾਂ ਵੀ ਨਾਲ ਕਰ ਦਿੰਦੇ ਆ ਹੱਥ ਦੇ ਸਾਰੇ ਨਸ਼ਾ ਖਤਮ ਕਰੇ ਨੇ ਇਹਦੇ ਵਾਸਤੇ ਕੋਈ ਫਾਇਦਾ ਨਹੀਂ ਕੋਈ
ਕੰਪਲੇਂਟ ਲਿਖਾਈ ਸੀ ਸਾਡੀ ਚੌਂਕੀ ਚ ਵੀ ਬਹਿ ਕੇ ਮੁੜੇ ਰਾਤ 112 ਤੇ ਫੋਨ ਕੰਪਲੇਂਟ ਲਿਖਾਈ ਹੈ ਬਹੂ ਨੇ ਨੂੰਹ ਨੇ ਮੇਰੀ ਨੇ ਤੇ ਅਸੀਂ ਜਾਏ ਉੱਥੇ ਸਾਨੂੰ ਕਿਸੇ ਨੇ ਪੁੱਛਿਆ ਨੀ ਸੀ ਘਰੇ ਆ ਕੇ ਸਾਡੇ ਮਗਰ ਦੀ ਮਗਰ ਆ ਕੇ ਉਹਨਾਂ ਦੀ ਵੀ ਜਾਏ ਸਾਡੇ ਆ ਕੇ ਅੰਦਰ ਧੱਕੇ ਨਾਲੇ ਵੜ ਗਏ ਇੱਕ ਮੁੰਡਾ ਇੱਥੇ ਪੀਂਦਾ ਪੂੰਦਾ ਹੋਊ ਬੀਜ ਜਾਂਦਾ ਹੋਊ ਉਹ ਤੋਂ ਵਧੀਆ ਬੂਆ ਖੋ ਕੇ ਉਹ ਸਾਡੇ ਅੰਦਰ ਵੜ ਗਿਆ ਥਾਣੇਦਾਰ ਲੈ ਕੇ ਜੇ ਮੈਂ ਨਸ਼ਾ ਵੇਚਦਾ ਹਾਂ ਜਾਂ ਮੈਂ ਕੋਈ ਉਹ ਕਰਦਾ ਹਾਂ ਤਾਂ ਮੇਰੀ ਘਰ ਦੀ ਹਾਲਤ ਆ ਹੋਵੇ ਜੀ ਮੇਰਾ ਤਾਂ ਮੁੰਡਾ ਪੀਂਦਾ ਹੈ ਸਾਰਾ ਸਮਾਨ ਵੇਚਦਾ ਮੇਰਾ ਮੈਂ ਤਾਂ ਉਹਨੂੰ ਸਾਂਭ ਰਿਹਾ ਜਿੰਦੇ ਲਾ ਕੇ ਕਿੰਨੇ ਬੱਚੇ ਨੇ ਤੁਹਾਡੇ ਮੁੰਡੇ 3 ਨੇ ਜੀ ਇੱਕ 12ਵੀਂ 'ਚ ਪੜ੍ਹਦਾ ਜੀ ਗੁੱਡੀਆਂ ਇੱਕ ਆ ਹੀ ਵਿਆਹੀ ਹੋਈ ਹੈ ਅੱਛਾ ਫਿਰ ਹੁਣ ਜਿਹੜੇ ਐਡੇ ਐਡੇ ਇਲਜ਼ਾਮ ਲਾ ਰਹੇ ਸੀ ਇਹ ਤਾਂ ਝੂਠੇ ਲਾ ਰਹੇ ਜੀ ਮੇਰਾ ਘਰ ਦਾ ਦੇਖ ਲਓ ਮੇਰੇ ਘਰ ਦੀ ਹਾਲਤ ਦੇਖ ਲਓ ਛੈਂਸੀ ਵੇਚਦੇ ਨੇ ਉਹਨਾਂ ਦੀ ਕੋਠੀਆਂ ਦੇਖ ਲਓ 3-3 ਮੰਜ਼ਲੀਆਂ ਜਿਹੜੇ ਵਕਿਆਉਂਦੇ ਨੇ ਉਹਨਾਂ ਨੂੰ ਪਤਾ ਹੈ ਸਾਡੇ ਤਾਂ ਬਾਲੇ ਵੀ ਨਹੀਂ ਹੈਗੇ ਸਾਡੇ ਸਾਹਮਣੇ ਪੈਸਾ ਕੁਛ ਮਿਸਤਰੀ ਨੂੰ ਤਾਂ ਸਾਡੇ ਪੈਸਾ ਲਾਉਣ ਨੂੰ ਨਹੀਂ ਕੋਈ ਅਸੀਂ ਉਹ ਕਰ ਲਈਏ ਹਾਰਟ ਦਾ ਮਰੀਜ਼ ਆ ਜੀ ਮੈਂ ਇਹ ਫਿਰ ਪਿੰਡ ਦੇ ਬੰਦੇ ਕਿਉਂ ਵਿਰੋਧ ਕਰਦੇ ਨੇ ਵਿਰੋਧ ਤਾਂ ਪੁਲਿਸ ਕਰਨੀ ਹੋ ਗਈ ਜੀ ਵਿਰੋਧ ਖਾਣ ਨੂੰ ਨਹੀਂ ਮਿਲਦਾ ਮੇਰੇ ਕੋਲ ਹੈ ਨਹੀਂ ਕੁਛ ਦੇਣ ਨੂੰ ਪਹਿਲਾਂ ਪੁਲਿਸ ਨੂੰ ਦਿੰਦੇ ਸੀ ਤੁਸੀਂ ਕੁਛ ਪਹਿਲਾਂ ਦਿੰਦੇ ਤੇ ਜੀ ਹੁਣ ਮੈਂ ਦਿੱਤਾ ਨਹੀਂ ਹੈਗਾ ਹੁਣ ਮੇਰੇ ਕੋਲ ਹੈ ਨਹੀਂ ਕੁਛ ਦੇਣ ਦੇ ਇਸੇ ਕਰਕੇ ਤੁਹਾਨੂੰ ਤੰਗ ਨਾ ਮੈਂ ਤਾਂ ਠੇਕੇ ਦੀ ਸ਼ਰਾਬ ਲਿਆਉਂਦਾ ਹੁੰਦਾ ਜੀ ਉਹ ਬੰਦ ਕਰਤੀ ਤੁਸੀਂ ਸ਼ਰਾਬ ਠੇਕੇ ਦੀ ਵੇਚਦੇ ਠੇਕੇਦਾਰਾਂ ਦੀ ਤਨਖਾਹ ਤੇ ਹਾਂ ਜੀ ਠੇਕੇਦਾਰਾਂ ਕਮਿਸ਼ਨ ਤੇ ਜੀ ਕਮਿਸ਼ਨ ਤੇ ਅੱਛਾ ਕੀ ਮੰਗ ਕਰਦੇ ਜਿਹੜਾ ਤੁਹਾਡੇ ਨਾਲ ਧੱਕਾ ਹੋ ਮੇਰੇ ਨਾਲ ਧੱਕਾ ਇਹ ਹੋ ਰਿਹਾ ਜੀ ਸਾਡਾ ਇਨਸਾਫ ਹੋਣਾ ਜੀ ਮੇਰਾ ਘਰ ਬਾਰ ਦੇਖ ਲਓ ਜੇ ਮੈਂ ਕੋਈ 2 ਨੰਬਰ ਦਾ ਚਿੱਟਾ ਵੇਚਦਾ ਮੈਂ ਜਾਂ ਮੇਰਾ ਕੋਈ ਜਵਾਕ ਗੋਲੀ ਵੇਚਦਾ ਹੋਵੇ ਮੇਰਾ ਤਾਂ ਪੀਂਦਾ ਪੀਣ ਪਿੱਛੇ ਉਹਨੇ ਸਾਰਾ ਘਰੋਂ ਸਮਾਨ ਵੇਚਦਾ ਬਹੂ ਦਾ ਸਮਾਨ ਵੇਚਦਾ ਮੂਫਰ ਵੇਚਤੇ ਪਰਸੋਂ ਤੇ ਅੱਜ ਮੋਬਾਈਲ ਦਿੰਦਾ ਸੀ 300 ਚ ਇਹ ਨਹੀਂ ਪਤਾ ਹੁਣ ਦੇ ਆਵੇ ਕਿਸੇ ਨੂੰ 8000 ਦਾ ਮੋਬਾਈਲ ਹੈ ਜੀ ਉਹਦੇ ਕੋਲੇ ਨਸ਼ੇ ਕਰਦਾ ਉਹ ਮੈਂ ਤਾਂ ਆਪ ਦੁਖੀ ਹਾਂ ਨਸ਼ਿਆਂ ਤੇ ਇਲਜ਼ਾਮ ਇਹ ਲਾਉਂਦੇ ਨੇ ਮੇਰੇ ਤੇ ਹੋਰ ਪਿੰਡ 'ਚ 20 ਥਾਵੇਂ ਵਿਕਦਾ ਪਰਚੇ ਵੀ ਹੋਏ ਨੇ ਹੋਰਾਂ 'ਤੇ ਸਾਡੇ ਤੇ ਇੱਕ ਮੁੰਡੇ ਦੇ ਨਜਾਇਜ਼ ਪਰਚਾ ਹੋਈ ਮੇਰੇ ਤੇ ਉਹ ਵੀ ਸੀ ਵਾਲੇ ਨੇ ਮੈਂ ਨਹੀਂ ਫੜੇ ਤੇ ਉਹਨਾਂ ਨੇ ਝੂਠਾ ਨੋ ਧਰਤਾ ਦੀ ਉਹ ਜੋ ਜਵਾਨ ਹੋਊਗੀ ਜੀ ਪੱਕੀ ਵੀ ਹੋਊਗੀ ਪਹਿਲਾਂ ਕੱਚੀ ਵੀ ਕਰਾਈ ਹੈ ਸੀਆਈ ਵਾਲੇ ਨੇ ਇਹ ਕਹਿੰਦੇ ਨੇ ਵੀ ਚਿੱਟੇ ਨਾਲ ਉਹਦੇ ਮੌਤਾਂ ਹੋਈਆਂ ਨੇ ਮੌਤਾਂ ਹੋਈਆਂ ਨੇ ਜੀ ਚਿੱਟਾ ਮੇਰੇ ਦਾ ਆਪ ਹੋਣ ਵਾਲੀ ਹੈ ਜੀ ਇੱਕ ਦੋ ਦਿਨ 'ਚ ਮੈਂ ਤਾਂ ਆਪ ਰੋਕ ਰਿਹਾ ਜੀ ਕਿੱਥੇ ਕਿਹਦੀ ਕਿਹਦੇ ਹੋਈ ਹੈਗੀ ਇੱਕ ਤਾਂ ਸਰਪੰਚਣੀ ਦੇ ਮੁੰਡੇ ਦੀ ਹੋਈ ਹੈ ਜੀ ਇੱਕ ਮੁੰਡਾ ਦੇ ਨਾਨਕੀ ਦੋ ਧਾਰਿਆਂ ਦਾ ਧੀ ਉਹਦੀ ਹੋਈ ਹੈ ਜੀ ਉਹ ਵੀ ਝੂਠਾ ਮੋਟਰ ਵਾਲੇ ਫਸਾਤੇ ਪੀ ਕੇ ਮੋਟਰ 'ਚ ਪੈ ਗਿਆ ਝੂਠਾ ਨਾ ਉਹਨਾਂ ਦੇ ਲੱਗ ਗਿਆ ਹੁਣ ਕੋਠਾ ਖੁੱਲ੍ਹਾ ਹੈ ਪਏ ਜੀ ਕਿਸੇ ਨੂੰ ਕੀ ਪਤਾ ਵੀ ਇੱਥੇ ਕੌਣ ਪਿਆ 9 ਮੋਟਰ ਵਾਲਿਆਂ ਦਾ ਲੱਗ ਗਿਆ ਉਹਨਾਂ ਦਾ ਮੁੰਡਾ ਫਸਾਤਾ ਹੁਣ ਮੇਰਾ ਤਾਂ ਆਪ ਪੀਂਦਾ ਮੈਂ ਕਿਹਨੂੰ ਫਸਾਊ ਮੇਰਾ ਤਾਂ ਇਹ ਨਹੀਂ ਪਤਾ ਕਿੱਥੇ ਜਾ ਕੇ ਮਰ ਜੇ ਮੈਂ ਕਿਹਦਾ ਨਾ ਉਹ ਤੈਨੂੰ ਮੈਂ ਤਾਂ ਆਪ ਦੁਖੀ ਹੋ ਰਿਹਾ ਜੀ ਮੇਰਾ ਘਰ ਬਾਰ ਦੇਖ ਲਓ ਮੇਰਾ ਸਾਰਾ ਦੇਖਿਆ ਜਾਵੇ ਮੇਰੇ ਕੋਈ ਚੈੱਕ ਨੰਬਰ ਕਾਪੀਆਂ ਮੇਰੀਆਂ ਚੈੱਕ ਕਰ ਲਈਆਂ ਕਰਪਾਲ ਸਿੰਘ ਨੇ ਕਰ ਲਿਆ ਮੇਰੇ ਖਾਤੇ 'ਚ ਕੋਈ ਪੈਸਾ ਨਹੀਂ ਜੇਲ੍ਹ ਦਾ ਕਾਪੀ ਆ ਮੇਰੇ ਕੋਲ ਵੀ ਹਟਾ ਹਟ ਗਿਆ ਜੀ ਉਹਨਾਂ ਨੇ ਦਿੱਤਾ ਨਹੀਂ ਮੈਨੂੰ ਸਮਾਨ ਕਹਿੰਦੇ ਵੀ ਪੁਲਿਸ ਵਾਲੇ ਕਹਿੰਦੇ ਨੇ ਵੀ ਪੈਸੇ ਦਵਾਓ ਤੋਂ ਨਹੀਂ ਅਸੀਂ ਉਹ ਨਹੀਂ ਕਰਦੇ ਮੈਂ ਦਿੰਦਾ ਨਹੀਂ ਜੀ ਮੈਂ ਇੱਕ ਇਕੱਠੇ ਹੈ ਜੀ ਸਾਡੇ ਪਿੰਡ ਦੇ ਵਿੱਚ 2 ਤਾਂ ਨੌਜਵਾਨ ਮੁੰਡੇ ਦੀ ਮੌਤ ਹੋਈ ਚਿੱਟੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਸ਼ਰੇਆਮ ਸ਼ਰਾਬ ਵੀ ਕਿਹਦੀ ਹੈ ਸ਼ਰੇਆਮ ਚਿੱਟਾ ਵੀ ਕਿਹਾ ਗੋਲੀ ਗੱਪਾ ਵੀ ਕਿਹਾ ਗਾ ਬੜਾ ਰਿਕਾਰਡ ਦੇਖ ਲਓ ਸਾਡੇ ਪਿੰਡ ਦਾ 5-4 ਪਰਚੇ ਤਾਂ ਹੋਣੀ ਹੋਈ ਚਿੱਟੇ ਸਾਡੇ ਪਿੰਡ ਦੇ ਗੋਲੀ ਕਿਸੇ ਦੇ 400 ਗੋਲੀ ਦੇ ਦਿੱਤੇ 500 ਗੋਲੀ ਬਲਦੇਵ ਸਿੰਘ ਆ ਗਿਆ ਹੁਣ ਮੈਨੂੰ ਕਹਿਣੀ ਪਊਗੀ ਗੱਲ ਸਾਹਮਣੇ ਖੜਿਆ ਮੇਰੇ ਇਹ ਵੀ ਸ਼ਰਾਬ ਵੇਚਦਾ ਇਹ ਵੇਚਦਾ ਠੇਕੇਦਾਰਾਂ ਦੀ ਹੈਗਾ ਠੀਕ ਹੈ ਪਰ ਉਹ ਠੇਕੇਦਾਰਾਂ ਦੀ ਠੇਕੇਦਾਰ ਪਿੰਡ ਤੋਂ ਬਾਹਰ ਹੈਗਾ ਇਹ ਪਿੰਡ ਦੇ ਵਿੱਚ ਵੇਚਦਾ ਹੈਗਾ ਹੈ ਤਾਂ ਉਹ ਵੀ ਅਨਲੀਗਲ ਆ ਨਾ ਸ਼ਰਾਬ ਵੇਚਦਾ ਨਜਾਇਜ਼ ਜੋ ਵੀ ਗੋਲੀ ਛੱਕਾ ਵੇਚਦਾ ਹੈ ਚਿੱਟਾ ਵੇਚਦਾ ਹੈ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਅਸੀਂ ਸਾਰਾ ਪਿੰਡ ਸਹਿਯੋਗ ਦੇਵਾਂਗੇ ਇਹਨਾਂ ਨਾਲ ਜਿੰਨੇ ਕੁ ਯੋਗ ਰਹੇਗਾ ਹਰ ਪੱਖ ਤੋਂ ਹਰ ਗੱਲ ਤੋਂ ਸਹਿਯੋਗ ਦੇਵਾਂਗੇ ਇਹਨਾਂ ਨਾਲ ਪੁਲਿਸ ਨਾਲ ਖੜਿਆਂਗੇ ਠੀਕ ਹੈ ਕਿਸਦੀ ਤਲਾਸੀ ਕਰਨੀ ਆ 4 ਬੰਦੇ ਪਿੰਡ ਦੇ ਕਿਸਾਨ ਜਥੇਬੰਦੀ ਵਾਲੇ ਸਰਪੰਚ ਆ ਸਾਬਕਾ ਸਰਪੰਚ ਆ ਸਾਰੇ ਨਾਲ ਜਾਣਗੇ ਨਸ਼ਾ ਖਤਮ ਹੋਣਾ ਜੀ ਨਸ਼ਾ ਖਤਮ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਹੋਰ ਨਾ ਕੋਈ ਨੌਜਵਾਨਾਂ ਦੀਆਂ ਮੌਤਾਂ ਹੋਣ ਠੀਕ ਹੈ ਹਰਪਾਲ ਸਿੰਘ ਪਾਲੀ ਜੀ ਪਾਲੀ ਕੀ ਕਹਿਣਾ ਚਾਹੁੰਦੇ ਮੀਤ ਪ੍ਰਧਾਨ ਆ ਜੀ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਏਕਤਾ ਦਾ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੀ ਮਤਲਬ ਸਾਡੇ ਲੀਡਰ ਸਟੇਜਾਂ 'ਤੇ ਵੀ ਸਾਨੂੰ ਸੁਣਾਉਂਦੇ ਨੇ ਵੀ ਨਸ਼ੇ ਪਿੰਡਾਂ ਦੇ ਵਿੱਚੋਂ ਖਤਮ ਹੋਣੇ ਚਾਹੀਦੇ ਨੇ ਵੀ 2:30 ਦੇ ਵਿੱਚ ਸ਼ਾਮ ਦੇ ਟਾਈਮ ਜਾਂ ਦੁਪਹਿਰ ਦੇ 2 ਵਜੇ 2:30 ਦੇ ਵਿੱਚ ਰੇਡ ਮਾਰੀ ਜਾਵੇ ਬਿਲਕੁਲ ਚਾਹੇ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਲੱਗੇ ਗੱਲਾਂ ਲੱਗੇ ਵੀ ਇੱਥੇ ਮਤਲਬ ਨਸ਼ਾ ਕਰਦੇ ਨੇ ਚਾਹੇ ਇਸ ਟਾਈਮ ਵੀ ਜਾ ਕੇ ਦੇਖ ਲਓ ਬਹੁਤ ਉੱਥੇ ਮਤਲਬ ਬੀੜੀਆਂ ਸਿਰਗਟਾਂ ਉਹ ਜਿਹੜਾ ਉਹ ਆਪਾਂ ਬਰਫੀ 'ਤੇ ਚਿੱਟਾ ਜਿਹਾ ਲਾਉਂਦੇ ਹੁੰਦੇ ਹਾਂ
वो हुण भी मिल सकते ने जी असी तो यही बेनती करते हैं जो पीते ने उन्होंने फड़ाओ आप ही दसणगे यही यही बेनती कर रहे हैं जी भी मतलब साढ़े पिंड वध तो वध रेड़ मारी जाए साढ़े गाह वाला मतलब बच्चे खराब ना हो भी वध तो वध असी प्रशासन का साथ देवे साड़ी गल का जेड़े बेचने वाले ने चाहे गुस्सा कर चाहे गल्ला कर असी वध तो वध प्रशासन का साथ देवे फिर पुलिस नु क्यों नहीं इतला की मुखबरी हुई है पिंड जी किसी सियाने बंदे ने मोहतबर बंदे ने सानू दस्सिया बारे भी इन्हें जो तुसी आए हो अपने कोठे उपर दी गुआंढियां दे टपाती सी शराब असी घर दे विच जो तलाशी की पिंड की पंचायत नूं लैके तां घर दे विचों कोई 50-60 बोतल हरियाणे दियां हीर मारका सौंफिया बरामद हुई असी इहदे ते कारवाई कर रहे हैं जिन्हां ने जिहदी दारू है ठीक है बंदा बलदेव दे मुंडा रख के गया बलदेव होरां ने आप लिया के रखे सारिआं ने आप ही बेचता सारा टब्बर उन्हां ते ही कारवाई होगी मुकर रहे सी पर हुण पिंड दी पंचायत दे सामने सरेआम तलाशी करन दे बाद बरामद हुई है उन्होंने कारवाई जो बरामदगी होगी कारवाई बनती कर